ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਜ਼ਮੀਨ 'ਤੇ ਗਿਰਿਆ ਨਜ਼ਰ ਆ ਰਿਹਾ ਹੈ ਅਤੇ ਇੱਕਦਮ ਉਸਦੇ ਉੱਪਰ ਦੀ ਕਾਰ ਚੜ ਜਾਂਦੀ ਹੈ ਅਤੇ ਨਾਲ ਦੇ ਲੋਕ ਆਵਾਜ਼ ਲਗਾਉਂਦੇ ਨੇ ਰੁਕ ਜਾਓ ਨੀਚੇ ਇੱਕ ਵਿਅਕਤੀ ਡਿੱਗਿਆ ਪਿਆ। ਪਰ ਕਾਰ ਚਾਲਕ ਆਪਣੀ ਕਾਰ ਨੂੰ ਪੂਰੀ ਤਰੀਕੇ ਦੇ ਨਾਲ ਇਸ ਦੇ ਉੱਪਰ ਦੀ ਕੱਢ ਦਿੰਦਾ ਤੇ ਆਸ-ਪਾਸ ਦੇ ਲੋਕਾਂ ਵੱਲੋਂ ਉਸ ਨੂੰ ਰੋਕਿਆ ਜਾਂਦਾ ਤੇ ਫਿਰ ਉਹ ਬਾਹਰ ਆ ਕੇ ਉਸ ਵਿਅਕਤੀ ਨੂੰ ਵੇਖਦਾ ਤੇ ਵੀਡੀਓ ਕਿਸੇ ਵਿਅਕਤੀ ਦੇ ਕਾਰ ਤੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਘਟਨਾ ਜਲੰਧਰ ਦੀ ਦੱਸੀ ਜਾ ਰਹੀ ਹੈ, ਜਿੱਥੇ ਇੱਕ ਕਾਰ ਚਾਲਕ ਨੇ ਵਿਅਕਤੀ ਤੇ ਕਾਰ ਚੜਾ ਦਿੱਤੀ ਹੈ ਤਾਂ ਵਿਅਕਤੀ ਵੇਖ ਸਕਦੇ ਹੋ ਕਿ ਸੜਕ ਤੇ ਪਿਆ ਸੀ, ਜਿਸ ਤੋਂ ਬਾਅਦ ਇਹ ਕਾਰ ਚਾਲਕ ਨੂੰ ਨਹੀਂ ਵਿਖਦਾ ਤਾਂ ਉਹ ਕਾਰ ਉਸ ਦੇ ਉੱਤੇ ਹੀ ਚੜਾ ਦਿੰਦਾ, ਜਿਸ ਤੋਂ ਬਾਅਦ ਲੋਕਾਂ ਨੂੰ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਿ ਨੀਚੇ ਵਿਅਕਤੀ ਪਿਆ ਪਰ ਉਹ ਨਹੀਂ ਰੁਕਦਾ ਤੇ ਕਾਰ ਚੜਾ ਦਿੰਦਾ ਅਤੇ ਉਸ ਨੂੰ ਬਾਅਦ ਦੇ ਵਿੱਚ ਇਸ ਗੱਲ ਦਾ ਪਤਾ ਲੱਗਦਾ ਤੇ ਉਹ ਕਾਰ ਰੋਕ ਕੇ ਫਿਰ ਉਸ ਸ਼ਖਸ ਨੂੰ ਵੇਖਣ ਜਾਂਦਾ, ਜਿਸ ਤੋਂ ਬਾਅਦ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਇੱਕ ਕਾਰ ਦੇ ਵਿੱਚ ਲੱਗੇ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਤਾਂ ਦੱਸ ਦਈਏ ਕਿ ਜਲੰਧਰ ਦਾ ਬਾਜ਼ਾਰ ਸੀ ਜਿਸ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ, ਪਰ ਗਨੀਮਤ ਰਹੀ ਕਿ ਕਾਰ ਚੜ੍ਹਨ ਤੋਂ ਬਾਅਦ ਵੀ ਉਸ ਸ਼ਖਸ ਨੂੰ ਮਾਮੂਲੀ ਸੱਟਾਂ ਹੀ ਲੱਗਦੀਆਂ ਨੇ, ਜ਼ਿਆਦਾ ਨੁਕਸਾਨ ਨਹੀਂ ਹੋਇਆ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਜ਼ਮੀਨ 'ਤੇ ਗਿਰਿਆ ਨਜ਼ਰ ਆ ਰਿਹਾ ਹੈ ਅਤੇ ਇੱਕਦਮ ਉਸਦੇ ਉੱਪਰ ਦੀ ਕਾਰ ਚੜ੍ਹ ਜਾਂਦੀ ਹੈ ਅਤੇ ਨਾਲ ਦੇ ਲੋਕ ਆਵਾਜ਼ ਲਗਾਉਂਦੇ ਨੇ ਰੁਕ ਜਾਓ ਨੀਚੇ ਇੱਕ ਵਿਅਕਤੀ ਡਿੱਗਿਆ ਪਿਆ। ਪਰ ਕਾਰ ਚਾਲਕ ਆਪਣੀ ਕਾਰ ਨੂੰ ਪੂਰੀ ਤਰੀਕੇ ਦੇ ਨਾਲ ਇਸ ਦੇ ਉੱਪਰ ਦੀ ਕੱਢ ਦਿੰਦਾ ਤੇ ਆਸ-ਪਾਸ ਦੇ ਲੋਕਾਂ ਵੱਲੋਂ ਉਸ ਨੂੰ ਰੋਕਿਆ ਜਾਂਦਾ ਤੇ ਫਿਰ ਉਹ ਬਾਹਰ ਆ ਕੇ ਉਸ ਵਿਅਕਤੀ ਨੂੰ ਵੇਖਦਾ ਤੇ ਵੀਡੀਓ ਕਿਸੇ ਵਿਅਕਤੀ ਦੇ ਕਾਰ ਤੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਘਟਨਾ ਜਲੰਧਰ ਦੀ ਦੱਸੀ ਜਾ ਰਹੀ ਹੈ, ਜਿੱਥੇ ਇੱਕ ਕਾਰ ਚਾਲਕ ਨੇ ਵਿਅਕਤੀ ਤੇ ਕਾਰ ਚੜਾ ਦਿੱਤੀ ਹੈ ਤਾਂ ਵਿਅਕਤੀ ਵੇਖ ਸਕਦੇ ਹੋ ਕਿ ਸੜਕ ਤੇ ਪਿਆ ਸੀ, ਜਿਸ ਤੋਂ ਬਾਅਦ ਇਹ ਕਾਰ ਚਾਲਕ ਨੂੰ ਨਹੀਂ ਵਿਖਦਾ ਤਾਂ ਉਹ ਕਾਰ ਉਸ ਦੇ ਉੱਤੇ ਹੀ ਚੜਾ ਦਿੰਦਾ, ਜਿਸ ਤੋਂ ਬਾਅਦ ਲੋਕਾਂ ਨੂੰ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਿ ਨੀਚੇ ਵਿਅਕਤੀ ਪਿਆ ਪਰ ਉਹ ਨਹੀਂ ਰੁਕਦਾ ਤੇ ਕਾਰ ਚੜਾ ਦਿੰਦਾ ਅਤੇ ਉਸ ਨੂੰ ਬਾਅਦ ਦੇ ਵਿੱਚ ਇਸ ਗੱਲ ਦਾ ਪਤਾ ਲੱਗਦਾ ਤੇ ਉਹ ਕਾਰ ਰੋਕ ਕੇ ਫਿਰ ਉਸ ਸ਼ਖਸ ਨੂੰ ਵੇਖਣ ਜਾਂਦਾ, ਜਿਸ ਤੋਂ ਬਾਅਦ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਇੱਕ ਕਾਰ ਦੇ ਵਿੱਚ ਲੱਗੇ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਤਾਂ ਦੱਸ ਦਈਏ ਕਿ ਜਲੰਧਰ ਦਾ ਬਾਜ਼ਾਰ ਸੀ ਜਿਸ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ, ਪਰ ਗਨੀਮਤ ਰਹੀ ਕਿ ਕਾਰ ਚੜ੍ਹਨ ਤੋਂ ਬਾਅਦ ਵੀ ਉਸ ਸ਼ਖਸ ਨੂੰ ਮਾਮੂਲੀ ਸੱਟਾਂ ਹੀ ਲੱਗਦੀਆਂ ਨੇ, ਜ਼ਿਆਦਾ ਨੁਕਸਾਨ ਨਹੀਂ ਹੋਇਆ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਜ਼ਮੀਨ 'ਤੇ ਗਿਰਿਆ ਨਜ਼ਰ ਆ ਰਿਹਾ ਹੈ ਅਤੇ ਇੱਕਦਮ ਉਸਦੇ ਉੱਪਰ ਦੀ ਕਾਰ ਚੜ੍ਹ ਜਾਂਦੀ ਹੈ ਅਤੇ ਨਾਲ ਦੇ ਲੋਕ ਆਵਾਜ਼ ਲਗਾਉਂਦੇ ਨੇ ਰੁਕ ਜਾਓ ਨੀਚੇ ਇੱਕ ਵਿਅਕਤੀ ਡਿੱਗਿਆ ਪਿਆ। ਪਰ ਕਾਰ ਚਾਲਕ ਆਪਣੀ ਕਾਰ ਨੂੰ ਪੂਰੀ ਤਰੀਕੇ ਦੇ ਨਾਲ ਇਸ ਦੇ ਉੱਪਰ ਦੀ ਕੱਢ ਦਿੰਦਾ ਤੇ ਆਸ-ਪਾਸ ਦੇ ਲੋਕਾਂ ਵੱਲੋਂ ਉਸ ਨੂੰ ਰੋਕਿਆ ਜਾਂਦਾ ਤੇ ਫਿਰ ਉਹ ਬਾਹਰ ਆ ਕੇ ਉਸ ਵਿਅਕਤੀ ਨੂੰ ਵੇਖਦਾ ਤੇ ਵੀਡੀਓ ਕਿਸੇ ਵਿਅਕਤੀ ਦੇ ਕਾਰ ਤੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਘਟਨਾ ਜਲੰਧਰ ਦੀ ਦੱਸੀ ਜਾ ਰਹੀ ਹੈ, ਜਿੱਥੇ ਇੱਕ ਕਾਰ ਚਾਲਕ ਨੇ ਵਿਅਕਤੀ ਤੇ ਕਾਰ ਚੜ੍ਹਾ ਦਿੱਤੀ ਹੈ ਤਾਂ ਵਿਅਕਤੀ ਵੇਖ ਸਕਦੇ ਹੋ ਕਿ ਸੜਕ ਤੇ ਪਿਆ ਸੀ, ਜਿਸ ਤੋਂ ਬਾਅਦ ਇਹ ਕਾਰ ਚਾਲਕ ਨੂੰ ਨਹੀਂ ਵਿਖਦਾ ਤਾਂ ਉਹ ਕਾਰ ਉਸ ਦੇ ਉੱਤੇ ਹੀ ਚੜ੍ਹਾ ਦਿੰਦਾ, ਜਿਸ ਤੋਂ ਬਾਅਦ ਲੋਕਾਂ ਨੂੰ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਿ ਨੀਚੇ ਵਿਅਕਤੀ ਪਿਆ ਪਰ ਉਹ ਨਹੀਂ ਰੁਕਦਾ ਤੇ ਕਾਰ ਚੜ੍ਹਾ ਦਿੰਦਾ ਅਤੇ ਉਸ ਨੂੰ ਬਾਅਦ ਦੇ ਵਿੱਚ ਇਸ ਗੱਲ ਦਾ ਪਤਾ ਲੱਗਦਾ ਤੇ ਉਹ ਕਾਰ ਰੋਕ ਕੇ ਫਿਰ ਉਸ ਸ਼ਖਸ ਨੂੰ ਵੇਖਣ ਜਾਂਦਾ, ਜਿਸ ਤੋਂ ਬਾਅਦ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਇੱਕ ਕਾਰ ਦੇ ਵਿੱਚ ਲੱਗੇ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਤਾਂ ਦੱਸ ਦਈਏ ਕਿ ਜਲੰਧਰ ਦਾ ਬਾਜ਼ਾਰ ਸੀ ਜਿਸ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ, ਪਰ ਗਨੀਮਤ ਰਹੀ ਕਿ ਕਾਰ ਚੜ੍ਹਨ ਤੋਂ ਬਾਅਦ ਵੀ ਉਸ ਸ਼ਖਸ ਨੂੰ ਮਾਮੂਲੀ ਸੱਟਾਂ ਹੀ ਲੱਗਦੀਆਂ ਨੇ, ਜ਼ਿਆਦਾ ਨੁਕਸਾਨ ਨਹੀਂ ਹੋਇਆ।